ਸਤਿ ਸ਼੍ਰੀ ਅਕਾਲ ਜੀ, ਮੈਂ ਨਵਨੀਤ ਸਿੰਘ ਰੂਬਲ ਜੀ ਲੁਧਿਆਣੇ ਤੋਂ ਜੀ। ਅੱਜ ਫਿਰ ਇੱਕ ਨਵੇਂ ਵਿਸ਼ੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਜੀ। ਪਹਿਲਾਂ ਸਾਨੂੰ ਬੇਨਤੀ ਹੈ ਕਿ ਸਾਡਾ ਜਿਹੜਾ ਚੈਨਲ ਹੈਗਾ ਵੈ ਸੁਰਮਨ ਵਲੋਗਸ, ਜਿਨ੍ਹਾਂ ਨੇ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ, ਲਾਈਕ ਕਰ ਦੇਣ, ਕਮੈਂਟ ਕਰ ਦੇਣ ਅਤੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗ ਸਕੇ ਅਤੇ ਸਰਕਾਰਾਂ ਤੱਕ ਇਹ ਗੱਲ ਸਾਡੀ ਪਹੁੰਚ ਸਕੇ, ਸਰਕਾਰਾਂ ਸਾਡੀਆਂ ਜਾਗਰੂਕ ਹੋ ਸਕਣ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ। ਅੱਜ ਦਾ ਵਿਸ਼ਾ ਹੈ ਏਅਰਪੋਰਟ ਦਾ ਨਾਮ ਬਦਲਣ ਸੰਬੰਧੀ। ਏਅਰਪੋਰਟ ਦਾ ਨਾਮ ਜਿਵੇਂ ਅੰਮ੍ਰਿਤਸਰ ਦਾ ਏਅਰਪੋਰਟ ਦਾ ਨਾਮ ਹੈ ਧੰਨ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜੀ। ਇੱਕ ਹੋਲੀ ਸਿਟੀ ਲਿਖਿਆ ਆਉਂਦਾ ਇੱਥੇ ਦੀ, ਹੋਲੀ ਸਿਟੀ ਅੰਮ੍ਰਿਤਸਰ ਹੋਲੀ ਸਿਟੀ ਕਿਹਾ ਜਾਂਦਾ ਹੈਗਾ ਵੈ, ਠੀਕ ਹੈ। ਅੰਮ੍ਰਿਤਸਰ ਦੇ ਏਅਰਪੋਰਟ ਦੇ ਅੰਦਰ ਰਾਮਦਾਸ ਮਹਾਰਾਜ ਦੀ ਸਭ ਤੋਂ ਵੱਡੀ ਫੋਟੋ ਲੱਗੀ ਹੋਈ ਹੈਗੀ ਹੈ। ਦਰਬਾਰ ਸਾਹਿਬ ਦਾ ਬਹੁਤ ਵੱਡਾ ਸਰੂਪ ਰੱਖਿਆ ਹੋਇਆ, ਉਹਦੇ ਅੱਗੇ ਗੋਲਖ ਰੱਖੀ ਹੋਈ ਹੈਗੀ ਹੈ ਮੱਥਾ ਟੇਕਣ ਨੂੰ ਜੀ। ਅਤੇ ਅੰਦਰ ਵਿਕਦੀ ਹੈ ਸ਼ਰਾਬ, ਅੰਦਰ ਵਿਕਦਾ ਮੀਟ, ਅੰਦਰ ਵਿਕਦੀ ਹੈ ਸਿਗਰਟਾਂ, ਠੀਕ ਹੈ ਨਾ। ਅਤੇ ਨਾਂ ਰੱਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਏਅਰਪੋਰਟ। ਜਾਂ ਤਾਂ ਨਾਮ ਚੇਂਜ ਕਰ ਦਿਉ, ਅਤੇ ਜੇ ਆਪਾਂ ਨਾਮ ਨਹੀਂ ਚੇਂਜ ਕਰ ਸਕਦੇ ਤਾਂ ਫਿਰ ਇਹ ਅੰਦਰ ਚੀਜ਼ਾਂ ਨਾ ਵੇਚਣ ਦੀ ਆਗਿਆ ਹੋਵੇ ਜੀ। ਅਤੇ ਕਈ ਕਹਿੰਦੇ ਜੀ, ਮੈਂ ਇਸ ਸੰਬੰਧ ਵਿੱਚ ਭਾਰਤ ਸਰਕਾਰ ਨੂੰ ਚਿੱਠੀ ਵੀ ਲਿਖੀ, ਉਹਨਾਂ ਨੂੰ ਦੱਸਿਆ ਕਿ ਇਹਦਾ ਨਾਮ ਜਿਹੜਾ ਚੇਂਜ ਕੀਤਾ ਜਾਵੇ ਜਾਂ ਤਾਂ ਇਹ ਚੀਜ਼ਾਂ ਅੰਦਰ ਬੰਦ ਕੀਤੀਆਂ ਜਾਣ। ਤਾਂ ਕਿਹਾ ਗਿਆ ਜੀ ਇੰਟਰਨੈਸ਼ਨਲ ਏਅਰਪੋਰਟ ਹੈ ਜੀ, ਇਹਦੇ ਅੰਦਰ ਇਹ ਚੀਜ਼ਾਂ ਵੇਚਣੀਆਂ ਪੈਂਦੀਆਂ ਹੈਗੀਆਂ, ਇੰਟਰਨੈਸ਼ਨਲ ਹੈਗਾ ਜੀ। ਇਹ ਗਲਤ ਹੈ। ਤੁਸੀਂ ਈਰਾਨ ਜਾਓ, ਈਰਾਨ ਦੇ ਵਿੱਚ ਤੁਹਾਨੂੰ ਸ਼ਰਾਬ ਨਹੀਂ ਮਿਲੇਗੀ। ਈਰਾਨ ਦੇ ਉੱਪਰ ਵੀ ਜਦੋਂ ਹਵਾਈ ਜਹਾਜ਼ ਉੱਡਦਾ ਵੈ, ਜਦੋਂ ਏਅਰ ਸੀਮਾ ਤੋਂ ਬਾਹਰ ਚਲੇ ਜਾਂਦਾ, ਫਿਰ ਅਨਾਊਂਸਮੈਂਟ ਹੁੰਦੀ ਹੈ ਕਿ ਈਰਾਨ ਦੀ ਸੀਮਾ ਤੋਂ ਅਸੀਂ ਬਾਹਰ ਚਲੇ ਗਏ ਹਾਂ, ਹੁਣ ਅਸੀਂ ਮਦਰਾ ਪਾਉਣ ਅਤੇ ਅਲਕੋਹਲ ਦਾ ਸੇਵਨ ਕਰਨਾ ਸ਼ੁਰੂ ਕਰਨ ਲੱਗੇ ਹੈਗੇ ਹਾਂ। ਅਤੇ ਸਾਡੇ ਇੱਥੇ ਕੀ ਹੈਗਾ, ਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟ ਉੱਡਦੀ ਹੈਗੀ ਹੈ, ਲੋਕ ਉੱਪਰ ਦਰਬਾਰ ਥੱਲੋਂ ਮਤਲਬ ਉੱਤੋਂ ਹਵਾਈ ਜਹਾਜ਼ ਤੋਂ ਥੱਲੇ ਦਰਬਾਰ ਸਾਹਿਬ ਦਰਸ਼ਨ ਕਰਦੇ ਨੇ, ਅਤੇ ਹੱਥ ਵਿੱਚ ਕਈਆਂ ਦੇ ਪੈੱਗ ਫੜੇ ਹੋਣਗੇ, ਨਾਲੇ ਕਹਿੰਦੇ ਬੋਲੇ ਸੋਹਣਿਆ ਸਤਿ ਸ਼੍ਰੀ ਅਕਾਲ। ਆਹ ਸਾਡੇ ਹਾਲਾਤ ਨੇ ਜੀ, ਅਸੀਂ ਕਿਉਂ ਨਹੀਂ ਕਰ ਸਕਦੇ ਹੈਗੇ ਵੀ ਭਾਰਤ ਸੀਮਾ ਤੋਂ, ਪੰਜਾਬ ਸੀਮਾ ਤੋਂ ਬਾਹਰ ਚਲੇ ਗਏ, ਅੰਮ੍ਰਿਤਸਰ ਦੀ ਸੀਮਾ ਤੋਂ ਹੁਣ ਬਾਹਰ ਚਲੇ ਗਿਆ, ਹੁਣ ਅਸੀਂ ਅਲਕੋਹਲ ਦੀ ਵਰਤੋਂ ਕਰ ਸਕਦੇ ਹਾਂ। ਇਹ ਪਾਬੰਦੀਆਂ ਲੱਗਣੀਆਂ ਚਾਹੀਦੀਆਂ, ਬੰਦ ਹੋਣਾ ਚਾਹੀਦਾ। ਮੀਟ, ਸ਼ਰਾਬ, ਦਾਰੂ, ਕੋਈ ਵੀ ਹਰ ਚੀਜ਼, ਤੰਬਾਕੂ, ਦਰਬਾਰ ਸਾਹਿਬ ਦੇ ਜਿੱਥੇ ਗੇਟ ਸ਼ੁਰੂ ਹੁੰਦਾ ਉਸ ਤੋਂ ਪਰੇ ਹੋਣਾ ਚਾਹੀਦਾ। ਦਰਬਾਰ ਸਾਹਿਬ ਦੇ ਅੰਦਰ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜੀ। ਅੰਮ੍ਰਿਤਸਰੀ ਮੱਛੀ ਕਹੀ ਜਾਂਦੀ, ਕਮਾਲ ਹੈਗੀ, ਅੰਮ੍ਰਿਤਸਰ ਦੀ ਕਿਹੜੀ ਮੱਛੀ ਬਈ, ਠੀਕ ਹੈ ਨਾ ਜੀ। ਇਹ ਚੀਜ਼ਾਂ ਬੰਦ ਹੋਣੀ ਚਾਹੀਦੀ, ਆਪਾਂ ਹੋਲੀ ਸਿਟੀ ਦਾ ਦਰਜਾ ਦਈਏ ਅੰਮ੍ਰਿਤਸਰ ਨੂੰ, ਦਰਬਾਰ ਸਾਹਿਬ ਨੂੰ, ਇਸ ਜਗ੍ਹਾ ਨੂੰ ਪਵਿੱਤਰ ਰੱਖੀਏ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ।